ਪੰਜਾਬ ਵਿੱਚ ਅਸ਼ਲੀਲਤਾ ਫੈਲਾਉਣ ਵਾਲੇ ਗਾਣਿਆਂ ਨੂੰ ਰੋਕਣ ਲਈ ਸੱਭਿਆਚਾਰ ਕਮਿਸ਼ਨ ਦਾ ਗਠਨ ਕਰ ਦਿੱਤਾ ਗਿਆ ਹੈ। ਲੇਕਿਨ ਇਹ ਮੁਹਿੰਮ ਉਸ ਇਨਸਾਨ ਦੀ ਹੈ ਜਿਹੜਾ ਤੁਸੀਂ ਸੜਕਾਂ ਤੇ ਦੇਖ ਸਕਦੇ ਹੋ ਬੋਰਡ ਚੱਕ ਕੇ ਸਿਰ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਦਾ ਇੱਕ ਜਿਹੜਾ ਉਹਨੇ ਮੁਹਿੰਮ ਚੱਕੀ ਹੈ। ਇਹ ਮੁਹਿੰਮ ਪੰਡਿਤ ਰਾਓ ਜਿਹੜੇ ਕਰਨਾਟਕ ਦੇ ਹੈਗੇ ਨੇ ਪ੍ਰੋਫੈਸਰ ਇੱਥੇ 46 ਕਾਲਜ ਵਿੱਚ ਇਸ ਇਨਸਾਨ ਦੀ ਮੁਹਿੰਮ ਹੈ। ਤੁਸੀਂ ਦੇਖਦੇ ਹੋ ਸੜਕਾਂ ਦੇ ਦੁਪਹਿਰੇ ਵਿੱਚ ਇਹ ਪੰਜਾਬ ਸੱਭਿਆਚਾਰਕ ਗਾਣੇ ਨੂੰ ਪ੍ਰਮੋਟ ਕਰਨ ਦਾ ਜਿਹੜਾ ਠੇਕਾ ਹੈ ਇਸ ਇਨਸਾਨ ਨੇ ਲਾਇਆ। ਗੱਲ ਕਰਦੇ ਹਾਂ ਅੱਜ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸੱਭਿਆਚਾਰਕ ਕਮਿਸ਼ਨ ਬਣ ਗਿਆ, ਅਸ਼ਲੀਲ ਫੈਲਾਲ ਜਿਹੜੇ ਅਸ਼ਲੀਲਤਾ ਫੈਲਾਏਗਾ ਗਾਣਿਆਂ ਵਿੱਚ ਸਜ਼ਾ ਹੋਏਗੀ, FIR ਹੋਏਗੀ। ਇਸ ਇਨਸਾਨ ਨੂੰ ਕ੍ਰੈਡਿਟ ਜਾਂਦਾ ਹੈ ਪੰਡਿਤ ਰਾਵ ਨੂੰ। ਗੱਲ ਕਰਦੇ ਨੇ ਨਾਲ ਪੰਡਿਤ ਜੀ, ਅੱਜ ਤੁਹਾਡੀ ਮੁਹਿੰਮ ਹੈ ਜਿਹੜੀ ਹੈ ਉਹ ਰੰਗ ਲਿਆਈ ਹੈ, ਤੁਸੀਂ ਇਹ ਬੋਰਡ ਚੱਕ ਕੇ ਕਾਫੀ ਸਾਲਾਂ ਤੋਂ ਘੁੰਮ ਰਹੇ ਹੋ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅੱਜ ਕਮਿਸ਼ਨ ਬਣਿਆ, ਕੀ ਕਹਿਣਾ ਚਾਹੋਗੇ? ਜੀ, ਸਭ ਤੋਂ ਪਹਿਲਾਂ ਇਸ ਪਵਿੱਤਰ ਪੰਜਾਬੀ ਭਾਸ਼ਾ 35 ਅੱਖਰ ਦੀ ਜਿੱਤ ਹੈ। ਇਹ ਭਾਸ਼ਾ ਦੀ ਪਵਿੱਤਰਤਾ, ਇਸ ਭਾਸ਼ਾ ਦੀ ਸ਼ਕਤੀ